ਸਤਿ ਸ਼੍ਰੀ ਅਕਾਲ ਦੋਸਤੋ, ਟਰਬਨ ਕਿੰਗ ਪ੍ਰਦੀਪ ਗਹਿਲ ਯੂਟਿਊਬ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੋ ਅੱਜ ਅਸੀਂ ਲੈ ਕੇ ਆਏ ਬਟਾਂ ਵਾਲੀ ਪੱਗ ਦੀ ਵੀਡੀਓ, ਜੋ ਕਿ ਤੁਸੀਂ ਫਰੰਟ ਅਤੇ ਬੈਕ ਵਿਊ ਤੋਂ ਦੇਖ ਰਹੇ ਹੋ। ਅਤੇ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਵੀ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਹੋਰ ਵੀ ਵੀਰ ਵਧੀਆ ਤਰੀਕੇ ਨਾਲ ਪੱਗ ਬੰਨਣੀ ਸਿੱਖ ਸਕਣ। ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੜ ਵੀਡੀਓ ਦੇ ਵਿੱਚ ਲਗਾਇਆ ਜਾ ਰਿਹਾ। ਸੋ ਉਂਗਲਾਂ ਦੀ ਹੈਲਪ ਦੇ ਨਾਲ ਆਪਾਂ ਬਲ ਪਾਵਾਂਗੇ। ਸੋ ਜੋ ਬਟਾਂ ਵਾਲੀ ਪੱਗ ਹੁੰਦੀ ਹੈ, ਇਸ ਦੇ ਵਿੱਚ ਆਪਾਂ ਜੋ ਫਰੰਟ ਤੋਂ ਲੜ ਮੋੜਨਾ ਹੈ, ਉਹ ਅੰਗੂਠੇ ਦੇ ਨਾਲ ਅੰਦਰਲੀ ਸਾਈਡ ਨਹੀਂ ਮੋੜਦੇ। ਸੋ ਕੱਪੜੇ ਨੂੰ ਅੰਦਰਲੀ ਸਾਈਡ ਮੋੜਨ ਦੀ ਬਜਾਏ ਅਸੀਂ ਕੱਪੜੇ ਨੂੰ ਇਕੱਠਾ ਕਰਕੇ ਅੰਗੂਠੇ ਦੇ ਨਾਲ ਇੱਕ ਜਗ੍ਹਾ ਨੱਪ ਕੇ ਲਗਾਉਂਦੇ ਹਾਂ। ਜੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲਗਾਵਾਂਗੇ, ਅਤੇ ਇਸ ਢੰਗ ਨਾਲ ਬਲ ਵੀ ਬਹੁਤ ਸੋਹਣੇ ਤਰੀਕੇ ਨਾਲ ਪਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਹੋਰ ਵੀ ਵੀਡੀਓ ਤੁਸੀਂ ਸਾਡੇ ਡਿਸਕ੍ਰਿਪਸ਼ਨ ਬਾਕਸ ਵਿੱਚੋਂ ਦੇਖ ਸਕਦੇ ਹੋ ਲਿੰਕ 'ਤੇ ਕਲਿੱਕ ਕਰਕੇ, ਅਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਵੀ ਕਰੋ ਤਾਂ ਕਿ ਹੋਰ ਵੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ। ਸੋ ਬਹੁਤ ਸਾਰੇ ਵੀਰਾਂ ਦੇ ਕੁਝ ਦਿਨਾਂ ਤੋਂ ਮੈਸੇਜ ਅਤੇ ਫੋਨ ਆ ਰਹੇ ਸਨ ਕਿ ਬੈਕ ਸਾਈਡ ਤੋਂ ਸਾਨੂੰ ਜੋ ਲੜ ਲਗਾਉਂਦੇ ਹਾਂ ਇਹਦਾ ਪਤਾ ਨਹੀਂ ਲੱਗਦਾ। ਸੋ ਟਰਾਈ ਕੀਤੀ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਬੈਕ ਸਾਈਡ ਤੋਂ ਆਪਾਂ ਲੜ ਲਾਉਣਾ ਹੈ। ਜੋ ਪੱਗ ਦੀ ਸਫਾਈ ਹੈ ਜਾਂ ਬਲ ਪਾਉਣੇ ਹਨ, ਸੋ ਆਪਾਂ ਉਹ ਨਾਲ ਦੀ ਨਾਲ ਹੀ ਹੈਲਪ ਨਾਲ, ਉਂਗਲਾਂ ਦੀ ਹੈਲਪ ਨਾਲ ਆਪਾਂ ਪਾਵਾਂਗੇ। ਸੋ ਜੋ ਪੱਗ ਦੇ ਪਤਲੇ ਪੱਲੇ ਹੁੰਦੇ ਹਨ, ਉਹਨੂੰ ਸਟਾਰਟਿੰਗ ਤੋਂ ਲੈ ਕੇ ਅਖੀਰ ਤੱਕ ਆਪਾਂ ਥੱਲੇ ਵਾਲੀ ਸਾਈਡ ਵਿੱਚ ਹੀ ਰੱਖਾਂਗੇ। ਕਈ ਵਾਰ ਬੈਕ ਸਾਈਡ ਤੋਂ ਆਪਣੀ ਪੂਣੀ ਘੁੰਮ ਜਾਣ ਕਰਕੇ ਜੋ ਕਿ ਪੱਗ ਦੀ ਸ਼ੇਪ ਆ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਜਾਂਦੀ ਹੈ ਕਿ ਸ਼ੇਪ ਜੋ ਪੱਗ ਦੀ ਬਹੁਤ ਵਧੀਆ ਆਪਾਂ ਨਹੀਂ ਬਣਾ ਸਕਦੇ, ਕਿਉਂਕਿ ਜੋ ਮੋਟਾ ਕੱਪੜਾ ਉਹ ਥੱਲੇ ਆਉਣ ਕਰਕੇ ਅਕਸਰ ਪੱਗ ਦੀ ਸ਼ੇਪ ਆ ਜੋ ਖਰਾਬ ਹੋ ਜਾਂਦੀ ਹੈ। ਸੋ ਜੋ ਤਰੀਕਾ ਤੁਸੀਂ ਦੇਖ ਰਹੇ ਹੋ ਪੱਗ ਬੰਨਣ ਦਾ ਇਸ ਵੀਡੀਓ ਦੇ ਵਿੱਚ, ਇਹ ਸਭ ਤੋਂ ਸੌਖਾ ਅਤੇ ਆਸਾਨ ਤਰੀਕਾ ਹੈ। ਤੁਸੀਂ ਵੱਧ ਤੋਂ ਵੱਧ 3 ਜਾਂ 4 ਮਿੰਟ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਪਟਿਆਲਾ ਸ਼ਾਹੀ ਪੱਗ ਜੋ ਬਟਾਂ ਵਾਲੀ ਹੈ ਸਿੰਪਲ ਇਸ ਤਰ੍ਹਾਂ ਤੁਸੀਂ ਬੰਨ ਸਕਦੇ ਹੋ। ਜੋ ਲਾਸਟ ਲੜ ਆ ਉਹ ਆਪਾਂ ਸਿੱਧਾ ਹੀ ਲਾਵਾਂਗੇ, ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖਿਆ। ਲਾਸਟ ਲੜ ਲਾਉਣ ਤੋਂ ਬਾਅਦ ਜੋ ਆਪਾਂ ਸਭ ਤੋਂ ਪਹਿਲਾਂ ਲੜ ਲਾਇਆ ਸੀ ਉਸ ਦੇ ਨਾਲ ਆਪਾਂ ਸਿਰ ਨੂੰ ਕਵਰ ਕਰਾਂਗੇ। ਇਸ ਤਰ੍ਹਾਂ ਸਿਰ ਨੂੰ ਕਵਰ ਕਰਨ ਦੇ ਬਾਅਦ ਆਪਾਂ ਲਾਸਟ ਲੜ ਲਾਵਾਂਗੇ, ਅਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਬਟਾਂ ਵਾਲੀ ਪੱਗ ਬੰਨੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਹੋਰ ਵੀਡੀਓ ਦੇ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਜਲਦ ਨਵੀਂ ਅਤੇ ਹੋਰ ਵੀਡੀਓ ਦੇ ਨਾਲ, ਅਤੇ ਤੁਸੀਂ ਕਮੈਂਟ ਬਾਕਸ ਵਿੱਚ ਸਾਨੂੰ ਆਪਣੀ ਜੇਕਰ ਪੱਗ ਬੰਨਣ ਦੌਰਾਨ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਆਪਣੇ ਸੁਝਾਅ ਕਮੈਂਟ ਜ਼ਰੂਰ ਦੇ ਸਕਦੇ ਹੋ, ਅਸੀਂ ਟਰਾਈ ਕਰਾਂਗੇ ਉਸ ਟੌਪਿਕ 'ਤੇ ਵੀਡੀਓ ਬਣਾਈ ਜਾਵੇ। ਮਿਲਦੇ ਹਾਂ ਜਲਦ ਹੋਰ ਵੀਡੀਓ ਦੇ ਨਾਲ, ਧੰਨਵਾਦ।